ਉਹਨਾਂ ਨੇ ਸਿਰਫ 7ਵੀਂ ਜਮਾਤ ਤੱਕ ਪੜ੍ਹਾਈ ਕੀਤੀ ਹੈ, ਫਿਰ ਵੀ ਉਹ ਐਮਟੈਕ ਦੇ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਨੇ। ਉਹ ਲੋਕ ਜੋ ਇਸ ਗੱਲ 'ਤੇ ਹੈਰਾਨੀ ਜਤਾਉਂਦੇ ਨੇ ਕਿ ਇਹ ਕਿਵੇਂ ਸੰਭਵ ਹੈ, ਉਹਨਾਂ ਨੂੰ ਪਦਮਾਕਰ ਨੂੰ ਮਿਲਣਾ ਚਾਹੀਦਾ ਹੈ। ਉਡਾਨ ਭਰਨ ਦੇ ਆਪਣੇ ਸੁਪਨੇ ਨੂੰ ਸਾਕਾਰ ਕਰਨ ਲਈ ਹੈਲੀਕਾਪਟਰ ਬਣਾਉਣ ਦੇ ਬਹੁਤ ਨੇੜੇ ਨੇ। ਸਿਰਫ ਇਹ ਹੀ ਨਹੀਂ, ਇਹਨਾਂ ਪੁਰਾਣੇ ਹੱਥਾਂ ਨੇ ਕਾਰਬਨ ਦੇ ਨਿਕਾਸ ਨੂੰ ਘਟਾਉਣ ਅਤੇ ਵਾਤਾਵਰਣ ਦੀ ਸਾਂਭ ਸੰਭਾਲ ਲਈ ਵਿਕਲਪ ਬਾਲਣ ਵਾਹਨ ਦੀ ਕਾਢ ਕੱਢੀ ਹੈ। ਪਦਮਾਕਰ ਪੂਰਬੀ ਗੋਦਾਵਰੀ ਜ਼ਿਲ੍ਹੇ ਦੇ ਕਾਕੀਨਾੜਾ ਦੇ ਰਹਿਣ ਵਾਲੇ ਨੇ। ਉਹਨਾਂ ਨੂੰ ਜਨਮ ਤੋਂ ਹੀ ਇੱਕ ਕਿਸਮ ਦਾ ਅਨੋਖਾ ਚਮੜੀ ਰੋਗ ਹੈ। ਸਾਥ ਹੀ ਵਿਦਿਆਰਥੀਆਂ ਵੱਲੋਂ ਉਹਨਾਂ ਦੀ ਇਸ ਹਾਲਤ ਦਾ ਮਖੌਲ ਉਡਾਏ ਜਾਣ ਤੋਂ ਬਾਅਦ ਉਹਨਾਂ ਦਾ ਸਕੂਲ ਜਾਣਾ ਬੰਦ ਹੋ ਗਿਆ। ਇਸ ਤੋਂ ਬਾਅਦ ਉਹਨਾਂ ਆਪਣੇ ਆਪ ਨੂੰ ਇੱਕ ਆਟੋਮੋਟਿਵ ਮਕੈਨਿਕ ਵਜੋਂ ਤਿਆਰ ਕੀਤਾ। ਬਾਈਕ ਹੋਵੇ ਜਾਂ ਹੈਲੀਕਾਪਟਰ, ਪਦਮਾਕਰ ਖੁਦ ਇਸ ਨੂੰ ਠੀਕ ਕਰ ਸਕਦੇ ਨੇ। ਉਹਨਾਂ ਕੁਝ ਸਮੇਂ ਲਈ ਇੱਕ ਮਕੈਨਿਕ ਵਜੋਂ ਸ਼ੁਰੂਆਤ ਕੀਤੀ, ਪਰ ਹੌਲੀ ਹੌਲੀ ਗਾਹਕਾਂ ਦੇ ਦਰਵਾਜ਼ੇ ਤੱਕ ਸੇਵਾਵਾਂ ਦੇਣ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ। ਮੈਂ ਤਿਰੂਪਤੀ ਵਿੱਚ ਇੱਕ ਗੈਰੇਜ ਵਿੱਚ 17 ਸਾਲ ਕੰਮ ਕੀਤਾ, ਫਿਰ ਮੈਂ ਕਾਕੀਨਾਡਾ ਵਾਪਸ ਆ ਗਿਆ। ਮੈਨੂੰ ਇੱਥੇ ਵਿਸ਼ਾਖਾਪਟਨਮ ਵਿੱਚ ਆ ਕੇ ਤਕਰੀਬਨ 25 ਸਾਲ ਹੋ ਚੁੱਕੇ ਹਨ। 13 ਸਾਲਾਂ ਪਹਿਲਾਂ ਤੱਕ ਮੈਂ ਲਗਭਗ 18 ਸਾਲਾਂ ਲਈ 1200 ਸਮੁੰਦਰੀ ਜਹਾਜ਼ਾਂ ਉੱਤੇ ਕੰਮ ਕੀਤਾ। ਮੈਂ ਪਹਿਲੀ ਆਪਣੀ ਸੁਤੰਤਰ ਖੋਜ ਵਿੱਚ ਬੈਟਰੀ ਬਾਈਕ ਡਿਜ਼ਾਈਨ ਕੀਤੀ ਸੀ। ਹਵਾ ਪ੍ਰਦੂਸ਼ਣ ਨੂੰ ਘਟਾਉਣ ਲਈ ਆਪਣੀ ਭੂਮਿਕਾ ਨਿਭਾਉਣ ਲਈ ਪਦਮਾਕਰ ਨੇ ਬੈਟਰੀ ਨਾਲ ਚੱਲਣ ਵਾਲੀ ਕਾਰ ਡਿਜ਼ਾਈਨ ਕੀਤੀ। ਉਦੋਂ ਤੋਂ ਹੀ ਉਹਨਾਂ ਬੈਟਰੀ ਅਤੇ ਸੂਰਜ ਦੀ ਊਰਜਾ ਨਾਲ ਚੱਲਣ ਵਾਲੀਆਂ 600 ਕਾਰਾਂ ਡਿਜ਼ਾਈਨ ਕੀਤੀਆਂ। ਆਂਧਰ ਪ੍ਰਦੇਸ਼ ਅਤੇ ਤੇਲੰਗਾਨਾ ਦੇ ਸੈਂਕੜੇ ਇੰਜੀਨੀਅਰਿੰਗ ਕਾਲਜਾਂ ਵਿੱਚ ਇਹ ਵਾਹਨ ਸਿਲੇਬਸ ਦੇ ਵਜੋਂ ਵਰਤੇ ਜਾ ਰਹੇ ਨੇ। ਅਸੀਂ 20 ਫੁੱਟ ਉੱਚੀ ਉਡਾਨ ਭਰਨ ਵਾਲੀ ਪਰਮਿਟ ਪ੍ਰਾਪਤ ਕਰ ਸਕਦੇ ਹਾਂ। ਮੈਨੂੰ ਸਰਕਾਰ ਤੋਂ ਲੋੜੀਂਦੀ ਇਜਾਜ਼ਤ ਮਿਲਣ ਤੋਂ ਬਾਅਦ ਜਲਦੀ ਉਡਾਨ ਦੀ ਉਮੀਦ ਹੈ। ਵਿਸ਼ਾਖਾਪਟਨਮ ਨੂੰ ਮਾਣਮੱਤਾ ਬਣਾਉਣ ਅਤੇ ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਤਕਨੀਕ ਹੁਨਰ ਸਿਖਾਉਣ ਦੀ ਮੇਰੀ ਇੱਛਾ ਪਹਿਲੇ ਲੰਬੇ ਸਮੇਂ ਤੋਂ ਹੈ। ਬਹੁਤ ਸਾਰੀਆਂ ਉਦਾਹਰਨਾਂ ਨੇ ਜਿੱਥੇ ਪਦਮਾਕਰ ਨੇ ਭਾਰਤੀ ਜਲ ਸੈਨਾ ਦੇ ਹੈਲੀਕਾਪਟਰਾਂ ਦੀ ਮੁਰੰਮਤ ਕੀਤੀ ਹੈ। ਇਸ ਤਜਰਬੇਕਾਰ ਸ਼ਖਸੀਅਤ ਦੀ ਜ਼ਿੰਦਗੀ ਦਾ ਟੀਚਾ ਹੈਲੀਕਾਪਟਰ ਬਣਾਉਣਾ ਅਤੇ ਵਿਸ਼ਾਖਾਪਟਨਮ ਦੇ ਅਸਮਾਨ ਵਿੱਚ ਉੱਡਣਾ ਹੈ। ਇੱਥੋਂ ਤੱਕ ਕਿ ਉਹਨਾਂ ਨੇ ਨਵੀਆਂ ਕਾਢਾਂ ਨੂੰ ਉਤਸ਼ਾਹਿਤ ਕਰਨ ਲਈ ਪਦਮਾਕਰ ਇੰਸਟੀਟਿਊਟ ਆਫ ਰਿਸਰਚ ਐਂਡ ਡਿਵੈਲਪਮੈਂਟ ਦੇ ਨਾਲ ਨਾਲ ਇੱਕ ਸੰਸਥਾ ਵੀ ਸਥਾਪਨਾ ਕੀਤੀ ਹੈ। ਅਸੀਂ ਲਗਭਗ ਸਾਰੇ ਇੰਜੀਨੀਅਰਿੰਗ ਕਾਲਜਾਂ ਲਈ ਮਕੈਨੀਕਲ ਪ੍ਰੋਜੈਕਟ ਕੀਤੇ ਹਨ। ਮੈਂ ਪਦਮਾਕਰ ਦੇ ਕੰਮ ਨੂੰ ਨੇੜਿਓਂ ਵੇਖਦਾ ਹਾਂ ਅਤੇ ਉਸ ਤੋਂ ਸਿੱਖ ਰਿਹਾ ਹਾਂ। ਉਹਨਾਂ ਲਈ ਗਿਆਨ ਅਤੇ ਕੰਮ ਪੈਸੇ ਨਾਲੋਂ ਵਧੇਰੇ ਮਹੱਤਵਪੂਰਨ ਹਨ। ਪਦਮਾਕਰ ਦੇ ਪਰਿਵਾਰ ਦੇ ਮੈਂਬਰ ਉਹਨਾਂ ਦੇ ਹੁਨਰ ਅਤੇ ਪ੍ਰਾਪਤੀਆਂ ਤੇ ਮਾਣ ਮਹਿਸੂਸ ਕਰਦੇ ਨੇ। ਮੈਂ ਹਮੇਸ਼ਾ ਵੇਖਦੀ ਹਾਂ ਅਤੇ ਯਾਦ ਕਰਦੀ ਹਾਂ ਕਿ ਪਿਤਾ ਜੀ ਕਿੰਨੇ ਵਿਵਹਾਰ ਰੱਖਣ। ਉਹ ਚੀਜ਼ਾਂ ਦੀ ਉਪਯੋਗਤਾ ਅਤੇ ਉਹਨਾਂ ਦੀ ਬਦਲਵੀਂ ਵਰਤੋਂ ਬਾਰੇ ਗੱਲਾਂ ਕਰਦੇ ਰਹਿੰਦੇ ਹਨ। ਉਹਨਾਂ ਨੇ ਛੋਟੇ ਪ੍ਰੋਜੈਕਟਾਂ ਉੱਤੇ ਕੰਮ ਕੀਤਾ ਹੈ ਅਤੇ ਤਜਰਬਿਆਂ ਨੂੰ ਪਸੰਦ ਕੀਤਾ। ਕੁਝ ਵੀ ਡਿਜ਼ਾਈਨ ਕਰਦੇ ਸਮੇਂ ਉਹ ਨਿਸ਼ਚਿਤ ਤੌਰ ਉੱਤੇ ਵਾਤਾਵਰਣ ਉੱਤੇ ਪੈ ਰਹੇ ਪ੍ਰਭਾਵਾਂ ਦਾ ਮੁਲਾਂਕਣ ਕਰਦੇ ਹਨ। ਇਹ ਬੈਟਰੀ ਕਾਰ ਆਸਾਨ ਅਤੇ ਆਰਾਮਦਾਇਕ ਹੈ। ਮੈਨੂੰ ਮਾਣ ਮਹਿਸੂਸ ਹੁੰਦਾ ਹੈ ਜਦੋਂ ਮੇਰੇ ਦੋਸਤ ਮੇਰੇ ਦਾਦਾ ਜੀ ਦੇ ਕੰਮ ਤੋਂ ਉਤਸ਼ਾਹਿਤ ਹੁੰਦੇ ਹਨ। ਬਿਊਰੋ ਰਿਪੋਰਟ, ETV ਭਾਰਤ। ਟੂ ਵਾਚ 24x7 ਨਿਊਜ਼ ਲਾਈਵ, ਡਾਊਨਲੋਡ ETV ਭਾਰਤ ਐਪ।